ਮਸ਼ਹੂਰ ਐਕਟਰੈਸ ਮਾਹੀ ਗਿੱਲ ਨੇ ਅੱਜ ਬੀਜੇਪੀ ਜੁਆਇਨ ਕਰ ਲਈ, ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਵੈਲਕਮ ਟੂ ਬੀਬੀਸੀ ਫਸਟ ਆਫ ਆਲ। ਔਰ ਤੁਸੀਂ ਬੀਜੇਪੀ ਕਿਉਂ ਜੁਆਇਨ ਕੀਤੀ? ਪੰਜਾਬ 'ਚ ਹੋਰ ਬੜੀਆਂ ਸਾਰੀਆਂ ਪਾਰਟੀਜ਼ ਨੇ। ਬੀਜੇਪੀ ਦਾ ਦੂਜਾ ਨਾਮ ਹੈਗਾ ਡਿਵੈਲਪਮੈਂਟ। ਤੁਸੀਂ ਦੇਖ ਰਹੇ ਹੋ, ਤੁਸੀਂ ਜਦ ਮਹਾਰਾਸ਼ਟਰ 'ਚ ਬੀਜੇਪੀ ਸੀਗੀਆਂ, ਤੁਸੀਂ ਦੇਖਿਆ ਇੰਨਾ ਕੰਮ ਹੋ ਰਿਹਾ ਸੀ। ਅੱਜ ਗੋਆ, ਗੋਆ ਵੀ ਮੈਂ ਕਈ ਵਾਰ ਜਾ ਕੇ ਰਹਿੰਦੀ ਹਾਂ, ਮੇਰਾ ਘਰ ਹੈ ਉੱਥੇ। ਗੋਆ ਦੀ ਸੜਕਾਂ ਦੇਖੋ, ਗੋਆ 'ਚ ਡਿਵੈਲਪਮੈਂਟ ਦੇਖੋ ਜੋ ਹੋ ਰਿਹਾ। ਤਾਂ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ 'ਚ ਵੀ ਡਿਵੈਲਪਮੈਂਟ ਦੀ ਬਹੁਤ ਲੋੜ ਹੈ, ਬਹੁਤ ਚੀਜ਼ਾਂ ਜੋ ਨਹੀਂ ਹੋਈਆਂ ਨੇ। ਔਰ ਸੈਂਟਰ 'ਚ ਬੀਜੇਪੀ ਹੈ, ਮੈਨੂੰ ਇੱਕ ਰਾਈਟ ਪਲੈਟਫਾਰਮ ਚਾਹੀਦਾ ਸੀਗਾ। ਬੀਜੇਪੀ ਦੇ ਉੱਤੇ ਕੋਈ ਪਲੈਟਫਾਰਮ ਨਹੀਂ ਹੈ ਰਾਈਟ ਨਾਓ। ਮੈਂ ਬੀਜੇਪੀ ਨਾਲ ਜੁੜੀ ਹਾਂ, ਦੋ ਕਾਰਨ। ਇੱਕ ਤਾਂ ਮੈਨੂੰ ਲੱਗਦਾ ਕਿ ਜਿਹੜੇ ਮਸਲੇ, ਜਿਹੜੇ ਮੁੱਦੇ ਹਾਲੇ ਤੱਕ ਸੋਲਵ ਨਹੀਂ ਹੋਏ ਨੇ, ਬਹੁਤ ਚੀਜ਼ਾਂ ਜੋ ਹੋਣ ਵਾਲੀਆਂ ਨੇ ਪੰਜਾਬ 'ਚ, ਅਤੇ ਉਹ ਮੈਂ ਡਾਇਰੈਕਟ ਸੈਂਟਰ ਤੱਕ ਜਾ ਕੇ ਗੱਲ ਕਰ ਸਕਦੀ ਹਾਂ, ਮੈਂ ਇੱਕ ਬ੍ਰਿਜ ਬਣ ਸਕਦੀ ਹਾਂ। ਅੱਛਾ, ਪੰਜਾਬ ਦੀ ਰਾਜਨੀਤੀ ਨੂੰ ਸਮਝਦੇ ਹੋ, ਪੰਜਾਬ ਦੇ ਇਸ਼ੂਜ਼ ਕਿਹੜੇ ਨੇ? ਮੈਨੂੰ ਕੁਛ ਤਾਂ ਇਸ਼ੂਜ਼ ਪਤਾ ਹੈ। ਕਿਹੜੇ ਕਿਹੜੇ? ਇੱਕ ਡਰੱਗ ਐਡਿਕਸ਼ਨ ਹੈਗਾ, ਬੱਚੇ ਕੁੜੀਆਂ ਨੂੰ ਲੈ ਕੇ ਕੋਈ ਯੂਨੋ, ਕੁੜੀਆਂ ਵਾਸਤੇ ਨਾ ਕੋਈ ਪੜ੍ਹਾਈ, ਨਾ ਕੁਛ ਕੁਛ ਹੀ ਦੇਖਿਆ। ਪੰਜਾਬ ਦੇ ਜਿਹੜੇ ਮੇਨ ਇਸ਼ੂਜ਼ ਨੇ, ਭਰੂਣ ਹੱਤਿਆ, ਸਰਕਾਰ ਪਾਰਟੀਜ਼ ਆਪਸ 'ਚ ਲੜ ਰਹੀਆਂ ਨੇ, ਉਹ ਚੀਜ਼ਾਂ ਬਾਰੇ ਮੈਂ ਨਹੀਂ ਬੋਲ ਪਾਊਂਗੀ। ਉਹ ਹਾਂ, ਮੈਨੂੰ ਪਤਾ, ਉਹ ਪਾਣੀ ਦਾ ਸਾਰਾ ਕੁਛ ਮੈਨੂੰ ਪਤਾ ਹੈ, ਸੈਂਡ ਮਾਈਨਿੰਗ ਮੈਨੂੰ ਪਤਾ ਹੈ, ਲੇਕਿਨ ਮੈਂ ਉਹਦੇ ਬਾਰੇ ਨਹੀਂ ਬੋਲਣਾ ਚਾਹੂੰਗੀ, ਕਿਉਂਕਿ ਇੱਥੇ ਮੈਂ ਹੁਣ ਆਈ ਹਾਂ, ਅਤੇ ਜੋ ਮੈਂ ਕਰਨਾ ਚਾਹੂੰਗੀ ਮੈਂ ਉਹ ਕਰੂੰਗੀ। ਕਿੰਨੀ ਕੁ ਵੱਡੀ ਚੁਣੌਤੀ ਲੱਗ ਰਹੀ ਹੈ? ਅਫਕੋਰਸ ਇਟ ਇਜ਼ ਅ ਵੈਰੀ ਬਿਗ ਚੈਲੇਂਜ, ਸਪੈਸ਼ਲੀ ਫੋਰ ਮੀ। ਮੇਰੇ ਵਾਸਤੇ ਬਹੁਤ ਵੱਡਾ ਚੈਲੇਂਜ ਹੈ, ਕਿਉਂਕਿ ਮੈਂ, ਮੇਰੇ ਵਾਸਤੇ ਇੱਕ ਬੇਬੀ ਕਦਮ ਨੇ ਜੋ ਮੈਂ ਚੱਕੀ। ਬੀਜੇਪੀ 'ਚ ਸਨੀ ਦਿਓਲ ਵੀ ਆਏ ਸੀ ਇਸੇ ਤਰੀਕੇ, ਬਟ ਕਿਤੇ ਨਾ ਕਿਤੇ ਅੱਜ ਕਿਸਾਨ ਵੀ ਉਹਨਾਂ ਤੋਂ ਨਾਰਾਜ਼ ਨੇ। ਸੋ ਕਿਸਾਨਾਂ ਦੇ ਸ਼ੁਰੂ ਸਮਝ, ਲੈਟਸ ਅਫਕੋਰਸ, ਮੈਂ, ਮੇਰੇ ਜ਼ਮੀਨ ਹੈ ਧਮੋਟ ਪਿੰਡ 'ਚ, ਅੱਜ ਵੀ ਮੇਰੇ ਖੇਤ ਨੇ। ਪਲੀਜ਼, ਕਈਆਂ ਨੂੰ ਨਹੀਂ ਪਤਾ ਹੈਗਾ, ਡਿਫਾਈਨ ਤਾਂ ਲੁਧਿਆਣਾ ਡਿਸਟ੍ਰਿਕਟ ਸਾਡਾ ਪਿੰਡ ਪੈਂਦਾ ਧਮੋਟ, ਉੱਥੇ ਜੀ ਅੱਜ ਵੀ ਸਾਡੇ ਖੇਤ ਨੇ, ਉੱਥੇ ਹੀ ਨੇ, ਮੇਰੀ ਫੈਮਿਲੀ ਅਮੈਰੀਕਾ ਰਹਿੰਦੀ ਹੈ, ਪਰ ਫਿਰ ਵੀ ਸਾਡਾ ਪਿੰਡ ਅੱਜ ਵੀ ਹੈਗਾ ਤਾਂ ਮੋਟ ਪਿੰਡ, ਔਰ ਸਾਡੇ ਖੇਤ ਵੀ ਹੈ। ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ, ਸੈਂਟਰ 'ਚ ਬੀਜੇਪੀ ਹੈ। ਮੈਨੂੰ ਇਹ ਲੱਗਦਾ ਕਿ ਬਹੁਤ ਸਾਰੀ ਮਿਸਅੰਡਰਸਟੈਂਡਿੰਗਸ ਹੈ, ਬਹੁਤ ਚੀਜ਼ਾਂ ਗੱਲ ਕਰਕੇ ਸੋਲਵ ਹੋ ਸਕਦੀਆਂ ਨੇ, ਅਤੇ ਹੋ ਸਕਦਾ ਕਿ ਮੈਂ ਇੱਕ ਬ੍ਰਿਜ ਬਣ ਸਕਾਂ, ਕਿਉਂਕਿ ਮੈਂ ਵੀ ਪੰਜਾਬਣ ਹਾਂ, ਮੈਂ ਉਹਨਾਂ ਤੱਕ ਗੱਲ ਪਹੁੰਚਾ ਸਕਾਂ। ਮੇ ਬੀ, ਕਿਉਂਕਿ ਹਰ ਗੱਲ, ਹਰ ਕੋਈ ਵੀ ਮਸਲਾ ਗੱਲ ਕਰਕੇ ਹੱਲ ਹੋ ਸਕਦਾ, ਹਰ ਚੀਜ਼ਾਂ 'ਤੇ ਲੜਨਾ ਜ਼ਰੂਰੀ ਨਹੀਂ ਹੁੰਦਾ। ਕਿਉਂਕਿ ਸੀ, ਐਕਟਿੰਗ ਇਜ਼ ਡਿਫਰੈਂਟ ਪ੍ਰੋਫੈਸ਼ਨ, ਆਈ ਮਸਟ ਸੇ, ਪੋਲਿਟਿਕਸ ਡਿਫਰੈਂਟ ਹੈ। ਸੋ ਕੁਛ ਤਾਂ ਤੁਹਾਡੇ ਜ਼ਹਿਨ 'ਚ ਆਇਆ ਹੋਗਾ ਕਿ ਮੈਂ ਆ ਕੇ ਆਹ 3-4 ਕੰਮ ਕਰਨੇ ਨੇ, ਕਿਹੜੇ ਨੇ? ਜਦੋਂ ਮੈਂ ਐਕਟਿੰਗ ਵੀ ਹਮੇਸ਼ਾ ਦਿਲ ਨਾਲ ਕੀਤੀ ਹੈ, ਮੇਰੇ ਅੰਦਰ ਕੋਈ ਫਰੋਡ ਨਹੀਂ ਸੀਗਾ, ਮੈਂ ਆਹ ਵੀ ਬਹੁਤ ਦਿਲ ਨਾਲ ਕਰੂੰਗੀ। ਕਈ ਮਸਲੇ ਨੇ, ਮੈਂ ਬੈਠੂੰਗੀ ਇਹਨਾਂ ਦੇ ਨਾਲ, ਸਭ ਪੁੱਛੂੰਗੀ, ਸਾਰਾ ਕੁਝ ਸਿੱਖੂੰਗੀ। ਮੈਂ ਮੇਰਾ ਮੇਨ ਕੀ ਸੀਗਾ, ਕੁੜੀਆਂ ਲਈ ਕੁਛ ਕਰਨਾ। ਜਦ ਮੋਦੀ ਜੀ ਨੇ ਆਪਣਾ ਬੇਟੀ ਬਚਾਓ ਬੇਟੀ ਪੜ੍ਹਾਓ ਅੰਦੋਲਨ ਸ਼ੁਰੂ ਕੀਤਾ, ਮੈਨੂੰ ਇੰਨਾ ਵਧੀਆ ਲੱਗਿਆ ਸੀ ਕਿ ਮੇਰੀ ਸੋਚ ਸੇਮ ਸੋਚ ਹੈ, ਔਰ ਮੈਂ ਉਹ ਸੋਚ ਕਰਨਾ ਚਾਹੁੰਦੀ। ਸਭ ਤੋਂ ਪਹਿਲਾਂ ਮੇਰਾ ਮਕਸਦ ਉਹ ਹੈ ਕਰਨਾ। ਕਈ ਅਜਿਹੇ ਵੀ ਐਕਟਰਸ ਨੇ, ਐਕਟਰਸਿਸ ਨੇ ਜਿਹੜੇ ਕੰਟੈਸਟ ਕਰਦੇ ਨੇ, ਉਸ ਤੋਂ ਬਾਅਦ 6 ਮਹੀਨੇ ਸਾਲ ਬਾਅਦ ਉਹਨਾਂ ਦਾ ਕਾਇੰਡ ਆਫ ਕਹਿ ਸਕਦੇ ਹਾਂ ਕਿ ਚਾਹ ਪੂਰਾ ਹੋ ਜਾਂਦਾ, ਛੱਡ ਜਾਂਦੇ ਨੇ ਪੋਲੀਟਿਕਸ ਨੂੰ? ਇੱਦਾਂ ਦਾ ਤਾਂ ਨਹੀਂ ਹੋਊਗਾ? ਮੈਨੂੰ ਹਾਲੇ ਕੁਛ, ਮੈਨੂੰ ਆਉਣ ਦਿਉ ਇੱਕ ਵਾਰੀ, ਹਾਲੇ ਮੈਂ ਹਾਲੇ ਤਾਂ ਮੈਂ ਆਈ ਹਾਂ, ਮੈਂ ਦੇਖੋ ਮੈਂ MLA ਮੈਂ ਕਿਸੇ ਸੀਟ 'ਤੇ ਲੜ ਨਹੀਂ ਰਹੀ ਹਾਂ, ਮੈਨੂੰ ਲਾਲਚ ਹੈ ਨਹੀਂ ਹੈ ਕੋਈ, ਮੈਂ ਸਿਰਫ ਆਈ ਹਾਂ, ਲੈਟ ਮੀ ਸੀ ਮੈਂ ਕੀ ਕਰਦੀ ਹਾਂ। ਫਿਰ ਤੁਸੀਂ ਕੁਐਸਚਨ ਪੁੱਛੋ ਮੈਨੂੰ, ਜੇ ਮੈਂ ਨਹੀਂ ਕਰੂੰਗੀ।